ਇੱਕ ਵਾਰ ਫਿਰ ਵਾਪਰਿਆ ਰੇਲ ਹਾਸਾ ਸਾਬਰਮਤੀ ਐਕਸਪ੍ਰੈਸ ਦੇ 32 ਡੱਬੇ ਪਟੜੀ ਤੋਂ نیچے ਉਤਰ ਗਏ ਜਿਸ ਤੋਂ ਬਾਅਦ ਹਫੜਾ ਤਫੜੀ ਮੱਚੀ ਤੇ ਯਾਤਰੀ ਇੱਧਰ ਉੱਧਰ ਭੱਜਣ ਲੱਗੇ ਪਰ ਦੱਸਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਘਟਨਾ ਵਾਪਰਨ ਤੋਂ ਬਾਅਦ ਕਈ ਟ੍ਰੇਨਾਂ ਰੱਦ ਤੇ ਕਈਆਂ ਦੇ ਰੂਟ ਬਦਲ ਦਿੱਤੇ ਗਏ। ਉੱਥੇ ਖੱਜਲ ਖਵਾਰ ਹੋਏ ਯਾਤਰੀਆਂ ਨੂੰ ਬੱਸਾਂ ਰਾਹੀਂ ਕਾਨਪੁਰ ਭੇਜਿਆ ਜਾ ਰਿਹਾ ਹੈ। ਦੱਸ ਦਈਏ ਕਿ ਬਨਾਰਸ ਤੋਂ ਅਹਮਦਾਬਾਦ ਜਾ ਰਹੀ ਸੀ ਟ੍ਰੇਨ ਜਦੋਂ ਇਹ ਹਾਦਸਾ ਵਾਪਰਿਆ। ਮੌਕੇ ਤੇ ਰੇਲਵੇ ਕਰਮਚਾਰੀਆਂ ਨੇ ਪਹੁੰਚ ਕੇ ਬਚਾਅ ਦੇ ਕੰਮ ਸ਼ੁਰੂ ਕਰ ਦਿੱਤੇ ਗਏ। ਇੱਕ ਵਾਰ ਫਿਰ ਵਾਪਰਿਆ ਰੇਲ ਹਾਦਸਾ। ਸਾਬਰਮਤੀ ਐਕਸਪ੍ਰੈਸ ਦੇ 32 ਡੱਬੇ ਪਟਰੀ ਤੋਂ نیچے ਉਤਰ ਗਏ ਜਿਸ ਤੋਂ ਬਾਅਦ ਹਫੜਾ ਤਫੜੀ ਮੱਚੀ ਤੇ ਯਾਤਰੀ ਇੱਧਰ ਉੱਧਰ ਭੱਜਣ ਲੱਗੇ ਪਰ ਦੱਸਿਆ ਜਾ ਰਿਹਾ ਹੈ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਘਟਨਾ ਵਾਪਰਨ ਤੋਂ ਬਾਅਦ ਕਈ ਟ੍ਰੇਨਾਂ ਰੱਦ ਤੇ ਕਈਆਂ ਦੇ ਰੂਟ ਬਦਲ ਦਿੱਤੇ ਗਏ ਉੱਥੇ ਖੱਜਲ ਖਵਾਰ ਹੋਏ ਯਾਤਰੀਆਂ ਨੂੰ ਬੱਸਾਂ ਰਾਹੀਂ ਕਾਨਪੁਰ ਭੇਜਿਆ ਜਾ ਰਿਹਾ ਹੈ ਦੱਸ ਦਈਏ ਕਿ ਬਨਾਰਸ ਤੋਂ ਅਹਮਦਾਬਾਦ ਜਾ ਰਹੀ ਸੀ ਟ੍ਰੇਨ ਜਦੋਂ ਇਹ ਹਾਦਸਾ ਵਾਪਰਿਆ ਮੌਕੇ ਤੇ ਰੇਲਵੇ ਕਰਮਚਾਰੀਆਂ ਨੇ ਪਹੁੰਚ ਕੇ ਬਚਾਅ ਦੇ ਕੰਮ ਸ਼ੁਰੂ ਕਰ ਦਿੱਤੇ ਗਏ